ਫਿਰੋਜ਼ਪੁਰ ਵਿੱਚ ਹੁਸੈਨੀਵਾਲਾ ਬਾਰਡਰ ਤੋਂ BSF ਨੇ ਇੱਕ 12 ਸਾਲ ਦੇ ਬੱਚੇ ਨੂੰ ਫੜਿਆ ਜੋ ਲਹਿੰਦੇ ਪੰਜਾਬ ਵੱਲੋਂ ਸਰਹੱਦ ਪਾਰ ਕਰਕੇ ਇੱਧਰ ਆ ਗਿਆ। ਪੁਲਿਸ ਥਾਣੇ 'ਚ ਖੜਾ ਇਹ ਬੱਚਾ ਲਹਿੰਦੇ ਪੰਜਾਬ ਦਾ ਹੈ ਅਤੇ ਹੁਸੈਨੀਵਾਲਾ ਬਾਰਡਰ ਪਾਰ ਕਰਕੇ ਚੜ੍ਹਦੇ ਪੰਜਾਬ ਆ ਗਿਆ। ਪੁਲਿਸ ਮੁਤਾਬਕ 12 ਵਰਿਆਂ ਦਾ ਇਹ ਬੱਚਾ ਗੂੰਗਾ ਹੈ ਅਤੇ ਇਸ ਕਰਕੇ ਇਸਦਾ ਨਾਮ ਪਤਾ ਨਹੀਂ ਲੱਗ ਸਕਿਆ। ਪੁਲਿਸ ਮੁਤਾਬਕ ਬੱਚੇ ਨੂੰ ਕੱਲ ਸ਼ਾਮ ਨੂੰ BSF ਨੇ ਸਰਹੱਦ ਕੋਲੋਂ ਫੜਿਆ। ਪਾਕਿਸਤਾਨੀ ਬੱਚਾ ਹੁਸੈਨੀਵਾਲਾ ਬਾਰਡਰ ਤੋਂ ਸਿੰਗਲ ਫੈਂਸਿੰਗ ਹੈ ਜਿੱਥੇ, ਉੱਥੋਂ ਪਾਕਿਸਤਾਨ ਤੋਂ ਅਕਰਾਸ ਕਰਕੇ ਇੰਡੀਆ ਦੇ ਵਿੱਚ ਆ ਗਿਆ। ਇਹਨੂੰ 105 ਬਟਾਲੀਅਨ ਦੇ ਅਸਿਸਟੈਂਟ ਕਮਾਂਡੈਂਟ RK ਸ਼ਰਮਾ ਨੇ ਲਿਆ ਕੇ ਸਾਡੇ ਇੱਥੇ ਸਾਨੂੰ ਦੱਸਿਆ, ਨਾਲ ਐਪਲੀਕੇਸ਼ਨ ਦਿੱਤੀ ਹੈ। ਇਹ ਜਿਹੜਾ ਬੱਚਾ ਬੇਸਿਕਲੀ ਗੁੰਗਾ ਹੈ, ਬੋਲ ਨਹੀਂ ਸਕਦਾ। ਬੱਚੇ ਕੋਲੋਂ ਸਿਰਫ 20 ਰੁਪਏ ਦਾ ਨੋਟ ਹੀ ਬਰਾਮਦ ਹੋਇਆ ਹੈ ਅਤੇ ਪਤਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿ ਬੱਚਾ ਕਿੱਥੋਂ ਆਇਆ ਹੈ। ਇਹ ਬੱਚੇ ਕੋਲੋਂ ਇੱਕ 20 ਰੁਪਏ ਦਾ ਪਾਕਿਸਤਾਨੀ ਨੋਟ ਵੀ ਉਹਨਾਂ ਨੂੰ ਮਿਲਿਆ, ਉਹ ਵੀ ਉਹ ਸਾਨੂੰ ਦੇ ਗਏ, ਅਸੀਂ ਉਹ ਕਬਜ਼ੇ 'ਚ ਲਿਆ। ਇਹਦੇ ਖਿਲਾਫ ਜੋ ਲੀਗਲ ਬਣ ਰਿਹਾ ਉਹ ਕੀਤਾ। ਪੁਲਿਸ ਮੁਤਾਬਕ ਮਾਮਲਾ ਸੀਨੀਅਰ ਅਫਸਰਾਂ ਦੇ ਧਿਆਨ 'ਚ ਲਿਆਂਦਾ ਜਾਵੇਗਾ ਅਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਬੱਚਾ ਆਪਣੇ ਮਾਪਿਆਂ ਤੱਕ ਜਲਦ ਤੋਂ ਜਲਦ ਉੱਪਰ ਜਾਵੇ। ਗੁਰਦਰਸ਼ਨ ਸਿੰਘ ਦੇ ਨਾਲ ਨਿਊਜ਼ ਡੈਸਕ ਰਿਪੋਰਟ, ਜ਼ੀ ਮੀਡੀਆ, ਫਿਰੋਜ਼ਪੁਰ।